जोर से बोल, जय बोले, जय बोले, जोर से बोलो ना, जय बोले। रेस्ट करने के बाद यात्रा चालू कर देनी। ਅਤੇ ਫਾਈਨਲੀ ਸਾਡੀ ਗੱਡੀ ਆ ਚੁੱਕੀ ਹੈ ਅਤੇ ਅਸੀਂ ਬਰਮੋਰ ਤੋਂ ਯਾਤਰਾ ਸ਼ੁਰੂ ਕਰਤੀ ਹੈ ਹਾਟਸਨ ਨੂੰ ਅਤੇ ਬਾਕੀ ਗੈਂਗ ਬੈਠਣ ਲੱਗੀ ਆ। ਸਾਰਿਆਂ ਜੈ ਸ਼ੰਕਰ ਜੀ, ਗੁੱਡ ਮੋਰਨਿੰਗ। ਅਤੇ ਰਾਤ ਦਾ ਮੌਸਮ ਦੀ ਕੰਡੀਸ਼ਨ ਜ਼ਿਆਦਾ ਖਰਾਬ ਸੀ ਮੀਂਹ ਦੇ ਕਾਰਨ, ਅਤੇ ਜਿਸ ਕਾਰਨ ਸਾਨੂੰ ਰਾਤ ਅਸੀਂ ਲੇਟ ਹੋ ਗਏ, ਯਾਤਰਾ ਨਹੀਂ ਹੋ ਪਾਈ। ਹੁਣ ਆਪਾਂ ਯਾਤਰਾ ਸਟਾਰਟ ਕਰ ਦੇਣੀ ਹੈ ਹਰਸਰ ਤੋਂ ਮਣੀਮਹੇਸ਼। ਬਾਕੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਜੈ ਸ਼ੰਕਰ ਜੀ, ਮਿਲਦੇ ਹਾਂ ਬਲੋਗ। ਵਿਊ ਬਹੁਤ ਜ਼ਿਆਦਾ ਘੈਂਟ ਹੈ। ਇਸ ਟਾਈਮ ਕੈਲਾਸ਼ ਪਰਬਤ ਦੇ ਦਰਸ਼ਨ ਹੁੰਦੇ ਆ। ਕੱਲ੍ਹ ਦੇ ਮੀਂਹ ਤਾਂ ਬਹੁਤ ਜ਼ਿਆਦਾ ਸੀਗਾ ਜਿਸ ਕਾਰਨ ਆਪਾਂ ਰਾਤ ਨੂੰ ਚੱਲੇ ਨਹੀਂ, ਤਾਂ ਮੈਂ ਬਲੋਗ ਵੀ ਨਹੀਂ ਸ਼ੂਟ ਕੀਤਾ ਸੀ ਰਾਤ ਨੂੰ। ਅਤੇ ਹੁਣ ਮੌਸਮ ਬਹੁਤ ਜ਼ਿਆਦਾ ਘੈਂਟ ਹੈ, ਇੱਦਾਂ ਹੀ ਰਹੇ ਭੋਲੇ ਸ਼ੰਕਰ ਦਾ ਜਾਣਾ ਮੌਸਮ। ਪਿਛਲੀ ਵਾਰ ਦਾ ਪੁੱਲ ਸੀ, ਆਪਾਂ ਪਿਛਲੇ ਸਾਲ ਜਦੋਂ ਯਾਤਰਾ ਕੀਤੀ ਸੀ, ਇਹ ਪੁੱਲ ਟੁੱਟ ਗਿਆ ਸੀ ਬਾਰਿਸ਼ ਦੇ ਕਾਰਨ। ਉਹਨਾਂ ਨੇ ਇੱਕ ਦੋ ਦਿਨ 'ਚ ਖੜ੍ਹਾ ਕਰਤਾ ਸੀ ਮਿੰਟੋ ਮਿੰਟ ਹੀ। ਅਤੇ ਇੱਕ ਤਾਂ ਸਲਾਈਡਿੰਗ ਹੁੰਦੀ ਪਈ ਸੀ, ਉਹੀ ਪੁੱਲ ਆ ਜੈ ਸ਼ੰਭੂ। ਹਾਟਸਰ ਆ ਚੁੱਕੇ ਆਪਾਂ। ਯਾਤਰਾ ਸ਼ੁਰੂ ਕਰਤੀ ਹੈ। ਇੱਥੋਂ ਮੇਨ ਪੁਆਇੰਟ ਹੈ, ਪ੍ਰਥਮ ਗੇਟ ਹੈ ਮਣੀਮਹੇਸ਼ ਦਾ। ਸਾਰੇ ਜੈ ਸ਼ੰਕਰ ਜੀ, ਅਤੇ ਇੱਥੋਂ ਆਪਾਂ ਹੁਣ ਯਾਤਰਾ ਸਟਾਰਟ ਕਰਦੇ ਹਾਂ। ਯਾਤਰਾ ਚਾਲੂ ਹੋ ਜਾਂਦੀ ਹੈ। ਪ੍ਰਥਮ ਗੇਟ ਹੈ ਮਣੀਮਹੇਸ਼ ਦਾ, ਇੱਥੋਂ ਯਾਤਰਾ ਚਾਲੂ ਹੋ ਜਾਂਦੀ ਹੈ। ਬੋਲ ਦਾ ਵਿਊ ਦੇਖੋ, ਅਤੇ ਧੁੱਪ ਨਿਕਲ ਆਈ ਹੈ। ਕੱਲ੍ਹ ਤਾਂ ਮੀਂਹ ਬਹੁਤ ਜ਼ਿਆਦਾ ਪਿਆ ਸੀ ਜਿਸਦੇ ਕਾਰਨ ਆਪਾਂ ਕੱਲ੍ਹ ਨੂੰ ਯਾਤਰਾ ਨਹੀਂ ਕੀਤੀ। ਅਤੇ ਬਹੁਤ ਜ਼ਿਆਦਾ ਸਕੂਨ ਮਿਲ ਰਿਹਾ ਇੱਥੇ। ਪਿਛਲੇ ਸਾਲ ਦੇ ਨਾਲ ਹੁਣ ਬਹੁਤ ਜ਼ਿਆਦਾ ਅਪਡੇਟ ਹੋਈ ਹੈ, ਅਤੇ ਇਹਨਾਂ ਨੇ ਟਾਇਲਾਂ ਟੂਲਾਂ ਵੀ ਲਗਾ ਦਿੱਤੀਆਂ ਇੱਥੇ। ਅਤੇ ਫਸਟ ਟਾਈਮ ਵੀਰ ਦੀ ਯਾਤਰਾ ਹੈ। ਕਿਵੇਂ ਦੀ ਯਾਤਰਾ ਸਾਡੀ? ਬਹੁਤ ਜ਼ਿਆਦਾ ਵਧੀਆ ਰਹੀ, ਕਿਉਂ ਵਧੀਆ? ਇਹ ਫਸਟ ਟਾਈਮ ਆਏ ਸੀ, ਰਾਤ ਫੀਵਰ ਜਿਹਾ ਹੋ ਗਿਆ ਸੀ ਇਹਨਾਂ ਨੂੰ ਥੋੜ੍ਹਾ ਜਿਹਾ, ਭੋਲੇ ਸ਼ੰਕਰ ਦਾ ਨਾ, ਹੁਣ ਠੀਕ ਨੇ। ਅਤੇ ਬਾਬਾ ਜੀ ਨਾਲ ਲੈ ਕੇ ਚੱਲਦੇ ਜਾਣਾ ਆਪਾਂ। ਜੈ ਸ਼ੰਕਰ ਜੀ, ਬਲੋਗ ਦੇ ਨਾਲ ਜੁੜ ਲੈਣਾ। ਇੱਥੇ ਦਰਬਾਰ ਸ਼ੁਰੂ ਹੋ ਜਾਂਦਾ ਯਾਤਰਾ ਦਾ ਭੋਲੇ ਸ਼ੰਕਰ ਦਾ ਨਾਲ। ਜੈ ਬਜਰੰਗ ਬਲੀ। ਇਸ ਵਾਰ ਯਾਤਰੀਗਣਾਂ ਦੀ ਬਹੁਤ ਜ਼ਿਆਦਾ ਭੀੜ ਹੈ। ਇਹ ਉਹੀ ਪੁੱਲ ਹੈ ਲੋਹੇ ਵਾਲਾ, ਜਿਹਦਾ ਤੁਸੀਂ ਦੇਖਿਆ ਹੋਣਾ ਅੱਗੇ ਬਲੋਗਾਂ 'ਚ ਬਹੁਤ ਜ਼ਿਆਦਾ ਜ਼ਿਕਰ ਹੋਇਆ। ਸੱਚਮੁੱਚ ਮੈਂ ਸੱਚੀ ਆ ਪੁੱਲ ਜਿਹਾ, ਲੇਕਿਨ ਦੇਖ ਕੇ ਡਰ ਜ਼ਿਆਦਾ ਲੱਗਦਾ ਹੀ ਹੈ ਇਹਨੂੰ ਦੇਖ ਕੇ। ਅਤੇ ਦੇਖ ਸਕਦੇ ਆਪੇ ਵੀ
ਮੈਂ ਵੀ ਡਰ ਗਿਆ ਸੀ ਜਦੋਂ ਪਿਛਲੇ ਸਾਲ ਆਇਆ ਸੀ, ਮੈਂ ਵੀ ਡਰ ਗਿਆ ਸੀ। ਇੱਥੇ ਇਹ ਹੈ ਕਿ ਆਪਣੀ ਸੇਫਟੀ ਨਾਲ ਚੱਲਣਾ ਪੈਣਾ। ਜੇ ਤੁਸੀਂ ਕੈਰੀ ਕਰਨਾ ਵੱਧ ਤੋਂ ਵੱਧ ਡੈਰੀ ਮਿਲਕ ਕੈਰੀ ਕਰੋ, ਡਰਾਈ ਫਰੂਟਸ ਜ਼ਿਆਦਾ ਨਹੀਂ, ਕਿਉਂਕਿ ਚੱਲਣ ਤੋਂ ਬਾਅਦ ਖਾਣ ਨੂੰ ਇੰਨਾ ਮਨ ਨਹੀਂ ਕਰਦਾ। ਬਾਕੀ ਸਾਨੂੰ ਸੇਫ ਸਾਈਡ ਚੱਲਣਾ ਪੈਣਾ ਕਿਉਂਕਿ ਰਾਤ ਦਾ ਮੀਂਹ ਵੀ ਪਿਆ, ਬਿਲਕੁਲ ਸੇਫਟੀ ਨਾਲ ਜਾਣਾ ਪੈਣਾ। ਅਤੇ ਅਕਸਰ ਕਈਆਂ ਬਲੋਕਾਂ 'ਚ ਮੈਂ ਦੇਖਿਆ ਉਹਦੇ 'ਚ ਕਹਿੰਦੇ ਆ ਕਿ ਭਾਅ ਜੀ ਤੁਸੀਂ ਆਹ ਕੈਰੀ ਕਰ ਲਓ, ਉਹ ਕੈਰੀ ਕਰ ਲਓ। ਇੱਥੇ ਸਿਰਫ ਆਪਣਾ ਬੈਗ ਕੈਰੀ ਕਰਨਾ ਔਖਾ ਹੋ ਜਾਂਦਾ। ਬਸ ਆਹ ਕਿ ਤੁਸੀਂ ਸਿਰਫ ਆਪਣੇ ਨਾਲ ਜਿੱਦਾਂ ਕਿ ਮੈਡੀਸਿਨ ਲਿਆਓ, ਡੋਲੋ ਲਿਆਓ, ਫਿਰ ਓ ਆਰ ਐੱਸ ਲਿਆਓ, ਲਿਕੁਅਡ, ਜਿੱਦਾਂ ਕਿ ਯਾਤਰੀ ਉਹਨਾਂ ਨੂੰ ਪਾਣੀ ਨਹੀਂ ਸੂਟ ਕਰਦਾ, ਸਿਰਫ ਇੱਦਾਂ ਦੀ ਚੀਜ਼ਾਂ ਲੈ ਕੇ ਆਓ। ਬਾਕੀ ਤੁਸੀਂ ਨਜ਼ਾਰਾ ਦੇਖੋ ਨੀਚੇ ਪੁੱਲ। ਇੱਕ ਤਾਂ ਆਹ ਰਸਤਾ ਜਿਹੜਾ ਕੱਚਾ ਜਾਂਦਾ ਮਣੀਮਹੇਸ਼ ਨੂੰ, ਇੱਕ ਨੀਚੇ ਦੀ ਜਾਂਦਾ, ਉਹ ਤੁਹਾਨੂੰ ਅੱਗੇ ਜਾ ਕੇ ਦੱਸਦਾ ਮੈਂ। ਅਤੇ ਬਾਕੀ ਧੁੱਪ ਨਿਕਲਦੀ ਪਈ ਵੀ, ਸ਼ੰਕਰ ਮਹਾਰਾਜ ਦੀ ਕਿਰਪਾ ਨਾਲ ਧੁੱਪ ਨਿਕਲ ਜਾਵੇ, ਬਹੁਤ ਪਿਆਰਾ ਵਧੀਆ। ਜੈ ਸ਼੍ਰੀ ਗੁਰੂ। ਛੋਟੇ ਛੋਟੇ ਰਾਸਤੇ ਹੈ, ਫੁੱਲ ਸੇਫਟੀ ਹੈ, ਸ਼ੰਕਰ ਮਹਾਰਾਜ ਦੀ ਕਿਰਪਾ ਨਾਲ ਆਓ ਅਤੇ ਭੋਲਾ ਬਾਬਾ ਜੀ ਆਪੇ ਤੁਹਾਨੂੰ ਸ਼ਕਤੀ ਦਿੰਦਾ ਹੈ ਚੱਲਣ ਦੀ। ਬਸ ਇਹ ਕਿ ਸ਼ਰਧਾ ਰੱਖ ਕੇ ਆਓ ਭੋਲੇ ਸ਼ੰਕਰ ਦਇਆ ਨਾਲ। ਦਨ ਛੋ 4 ਕਿਲੋਮੀਟਰ ਹੈ, ਉੱਚਾਈ 2150 ਅਤੇ ਹਾਟਸਰ ਨੀਚੇ ਨੂੰ ਹੈ। ਆਪਾਂ ਹੁਣ ਜਾਣਾ ਦਨਸ਼ੂ ਨੂੰ ਅਤੇ ਸੇਫ ਚੱਲਣਾ ਪੈਣਾ ਸਾਨੂੰ ਕਿਉਂਕਿ ਰੋਡ ਥੋੜ੍ਹੇ ਜਿਹੇ ਖਤਰਨਾਕ ਵੀ ਹੈਗੇ ਆ। ਅਤੇ ਵਿਸ਼ਾਲ ਆ ਜਾਓ, ਇਹ ਦਨਸ਼ੂ ਕਹਿੰਦੇ 4 ਕਿਲੋਮੀਟਰ, ਲੇਕਿਨ ਤੁਹਾਨੂੰ ਮੈਂ ਸਹੀ ਗੱਲ 'ਚ ਕਹਿਵਾਂ ਕਿ ਜਿਹੜੇ ਇੱਥੋਂ 4 ਕਿਲੋਮੀਟਰ ਹੈਗੇ ਆ ਨਾ, ਉਹ 4 ਨਹੀਂ ਹੈ, ਤੁਸੀਂ ਡਬਲ ਲਾ ਲਓ, 8 ਹੀ ਹੋਣਗੇ, 8 ਕਿਲੋਮੀਟਰ ਹੋਣਗੇ। ਉੱਦਾਂ ਮਣੀਮਹੇਸ਼ ਜਿਹੜੀ ਯਾਤਰਾ ਨੀਚੋਂ ਸਟਾਰਟ ਹੁੰਦੀ ਆ ਉਹ 13 ਕਿਲੋਮੀਟਰ ਦੀ ਹੈ, ਲੇਕਿਨ ਉਹ 13 ਕਿਲੋਮੀਟਰ ਦੀ ਹੈ ਨਹੀਂ ਆ, ਕੋਲ ਸ਼ਹਿਰ ਦੇ ਨਾਲ ਕਹਿ ਦਈਏ 26 ਆ, ਕਿਉਂਕਿ ਪਿਛਲੀ ਵਾਰ ਤਾਂ ਰਾਸਤੇ ਸਹੀ ਸੀ, ਕਈ ਸਾਨੂੰ ਯਾਤਰੀ ਨੀਚੇ ਮਿਲੇ ਕਹਿੰਦੇ ਕਿ ਭਾਅ ਜੀ ਇਸ ਵਾਰ ਯਾਤਰਾ ਸਹੀ ਆ ਲੇਕਿਨ ਰਾਸਤਾ ਲੰਬਾ ਹੈ। ਚਲੋ ਕੋਈ ਨਹੀਂ, ਕੋਲ ਸ਼ਹਿਰ ਦੇ ਨਾਲ ਕਰ ਹੀ ਲੈਣਾ ਅਤੇ ਵਿਊ ਚੈੱਕ ਕਰੋ ਸੀ। ਅਤੇ ਜਿਵੇਂ ਰਾਸਤੇ ਇੱਕੋ ਜੋ ਨੀਚੇ ਰਾਸਤਾ ਨਾ, ਉਹ ਰਾਸਤਾ ਹੈ ਤੁਸੀਂ, ਲੇਕਿਨ ਇਹ ਸ਼ੋਰਟਕੱਟ ਜਿੱਧਰੋਂ ਆਪਾਂ ਆਏ ਸ਼ੋਰਟਕੱਟ ਆ, ਅਤੇ ਸ਼ੋਰਟਕੱਟ ਇੱਧਰੋਂ ਜਿਹਨਾਂ ਟੈਕਸੀਆਂ ਟੁਕਸੀਆਂ ਆਪਣੀ ਗੱਡੀਆਂ ਉਹ ਲੈ ਕੇ ਆਉਂਦੇ ਆ, ਅਤੇ ਨੀਚੇ ਖੜ੍ਹੀ ਕਰਕੇ ਫਿਰ ਉਹ ਨੀਚੋਂ ਦੀ ਘੁੰਮ ਕੇ ਇੱਧਰ ਨੂੰ ਹੁੰਦੇ ਆ। ਜਿਹੜਾ ਪ੍ਰਥਮ ਦੁਆਰ ਸੀਗਾ ਉੱਧਰੋਂ ਸ਼ੋਰਟਕੱਟ ਹੈ। ਇਹ ਹੈ ਕਿ ਇੱਥੇ ਚਿੱਕੜ ਹੋਇਆ ਪਿਆ, ਬਿਲਕੁਲ ਸੇਫ ਚੜ੍ਹਨਾ ਪੈਣਾ ਸਾਨੂੰ। ਬਾਕੀ ਇਹ ਹੈ ਕਿ ਹੜਬੜੀ ਕਰਨੀ ਨਹੀਂ, ਆਪਾਂ ਆਨੰਦ ਨਾਲ ਜਾਣਾ ਹੈ ਸ਼ੰਕਰ ਮਹਾਰਾਜ ਦਾ ਨਾਂ ਲੈਂਦੇ। ਬਾਕੀ ਤੁਸੀਂ ਬਲੋਕ ਨੂੰ ਇੰਜੋਏ ਕਰਦੇ ਰਹਿਣਾ। ਪੰਜੀਕਰਨ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਰਜਿਸਟ੍ਰੇਸ਼ਨ ਉੱਤੇ ਚੈੱਕ ਕਰਦੇ ਆ ਆਪੇ ਵਾਪਸ ਆਏ ਹਾਂ, ਅਤੇ ਉਹ ਕਰਾ ਕੇ ਫਿਰ ਸਾਨੂੰ ਜਾਣਾ ਪੈਣਾ। ਅਤੇ ਹੁਣ ਲਾਈਨ 'ਚ ਲੱਗਦੇ ਹਾਂ, ਦੇਖਦੇ ਕਿੰਨਾ ਟਾਈਮ ਲੱਗਦਾ, ਫਿਰ ਉਸ ਤੋਂ ਬਾਅਦ ਤੁਹਾਨੂੰ ਅਪਡੇਟ ਦਿੰਦੇ ਹਾਂ। ਫਾਈਨਲੀ ਪੰਜੀਕਰਨ ਹੋਣ ਤੋਂ ਬਾਅਦ ਆਪਾਂ ਚੱਲ ਪਏ ਹਾਂ। ਪਰਮਿਟ ਵੀ ਆ, ਆਲ ਇੰਡੀਆ ਪਰਮਿਟ ਕਰ ਸਕਦੇ ਜੀ ਚੈੱਕ ਤੁਸੀਂ, ਜਿਹਦੇ ਕਾਰਨ ਇਹ ਕੰਮ ਸਾਨੂੰ ਪਹਿਲੇ ਨਾਮ ਤੇ ਲਈ ਹੈ ਨਹੀਂ ਮਣੀ ਯਾਰਪੁਰ ਜਸਬੀਰ ਨੂੰ ਡਬਲਯੂ ਲਿਖੀ ਤੇ ਚੈੱਕ ਕਰੋ ਜੇ ਸਾਰੇ ਨਾ ਹੈਗੇ ਆ, ਉਹ ਛੋਟਾ ਨਹੀਂ ਓਏ ਆ ਨਿਸ਼ਾਨ ਤੇ ਸ਼ਾਂਤ ਲਿਖਤੇ ਆ। ਤੋ ਇਹ ਤੋਂ ਹੋ ਜਾਂਦੀ ਯਾਤਰਾ ਸਾਡੀ ਸਟਾਰਟ। ਜੈ ਸ਼ੰਭੂ। ਫਾਈਨਲੀ ਹੁਣ ਆਪਾਂ ਪਹਿਲੀ ਰੈਸਟ ਲੈ ਲਈ ਹੈ,
ਕਿਉਂਕਿ ਗੋਰੇ ਨੇ ਖਵਾਉਣੀ ਸੀ ਦਵਾ, ਰਾਤ ਨੂੰ ਫੀਵਰ ਹੋ ਗਿਆ ਸੀ। ਉਹ ਸਾਹਮਣੇ ਦੇਖ ਸਕਦੇ ਹੋ ਇੱਧਰ ਜਾ ਕੇ ਉੱਧਰ 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 ਜੈੱਡ ਜੈੱਡ ਬਣਿਆ ਪਿਆ, ਕਿਉਂਕਿ ਪਹਿਲੇ ਰਾਸਤਾ ਸੀਗਾ ਝਰਨੇ ਦੇ ਨਾਲ ਨਾਲ, ਇਸ ਵਾਰ ਰਾਸਤਾ ਚੇਂਜ ਹੋ ਗਿਆ ਕਿਉਂਕਿ ਸਾਹਮਣੇ ਸਾਹਮਣੇ ਦੇਖ ਸਕਦੇ ਹੋ ਲਾਈਨ ਲੱਗ ਚੁੱਕੀ ਹੈ ਕਿਉਂਕਿ ਸਿਗਨਲ ਲਾਈਨ ਰੋਡ ਹੈ। ਅਤੇ ਨੀਚੇ ਦਾ ਵਿਊ ਚੈੱਕ ਕਰੋ, ਅਤੇ ਵੇਟ ਕਰਨਾ ਪੈਣਾ, ਹੌਲੀ ਹੌਲੀ ਜਾਣਾ ਪੈਣਾ। ਜੈ ਬੋਲੇ, ਪਿੱਛੇ ਤੱਕ ਲਾਈਨ ਹੀ ਲੱਗੀ ਹੈ। ਨੀਚੇ ਦੇਖੋ ਸਾਹਮਣੇ ਪੂਜਾ ਕਰਦੇ ਪਏ ਹੈ ਸ਼ੰਕਰ ਮਹਾਰਾਜ ਜੀ ਦੀ। ਇਹ ਤੂੰ ਮਾਰੇ ਸੀਤਾ? ਜੈ ਬੋਲੇ, ਜੈ ਸ਼ੰਭੂ, ਬੰਮ ਬੰਮ ਬੋਲੇ, 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 ਬੰਮ ਬੰਮ ਬੋਲੇ। ਮਾਤਾ ਹੀ ਭਰਾਵਾ ਨਾਲ ਹੀ ਹੈ ਸ਼ੰਕਰ ਦੇ। ਚੀ ਗੈਂਗ ਥੱਕ ਚੁੱਕੀ ਹੈ, ਜਾਪੇ ਸ਼ੰਕਰ ਮਹਾਰਾਜ ਜੀ ਥੱਕ ਗਿਆ, ਬਣਾਉਣਾ ਆਧਾਰ ਕਾਰਡ ਕਿਸੇ ਦਾ ਇੱਥੇ। ਅਤੇ ਮੈਂ ਵੀ ਥੱਕ ਚੁੱਕਿਆ ਹੁਣ ਬਿਲਕੁਲ ਬੁਰਾ, ਲਾਈਨ ਲੱਗੀ ਪਈ ਹੈ ਸ਼ਰਧਾਲੂਆਂ ਨਾਲ। ਅਤੇ ਰੈਸਟ ਕਰਨ ਤੋਂ ਬਾਅਦ ਯਾਤਰਾ ਚਾਲੂ ਕਰਦੇ ਜੀ। ਆਈ ਆ ਥੋੜ੍ਹਾ ਜਿਹਾ ਰਾਸਤਾ ਕੰਪਲੀਟ ਕੀਤਾ, ਇਹ ਧੁੱਪ ਦੇ ਕਾਰਨ ਥੋੜ੍ਹਾ ਜਿਹਾ ਸਰੀਰ ਸੈੱਟ ਹੋ ਗਿਆ ਹੁਣ। ਅਤੇ ਹੁਣ ਆਪਾਂ ਆਪਣੀਆਂ ਹੋਡਾ ਹੱਡ ਖੋਲ ਲਈਆਂ, ਗਰਮੀ ਲੱਗਦੀ ਪਈ ਹੈ ਚੱਲਣ ਦੇ ਵਕਤ। ਅਤੇ ਥੋੜ੍ਹੀ ਦੂਰ ਰਹਿ ਗਿਆ ਦੰਸ਼ੋ, ਦੰਸ਼ੋ 5-10 ਮਿੰਟ ਸਟੇ ਕਰਾਂਗੇ ਫਿਰ ਨਿਕਲ ਜਾਵਾਂਗੇ, ਕਿਉਂਕਿ ਸ਼ਾਮ ਸਾਨੂੰ ਪੁੱਜਣ ਲੱਗ ਜਾਣੀ ਹੈ ਕੈਲਾਸ਼ ਪਰਬਤ 'ਤੇ। ਅਤੇ ਇੰਨੀ ਦਇਆ ਕਿ ਭੋਲੇ ਸ਼ੰਕਰ ਜੀ ਦੇ ਕਿਰਪਾ ਦੇ ਨਾਲ ਅੱਜ ਮੀਂਹ ਨਹੀਂ ਪਿਆ, ਜੇ ਬਾਰਿਸ਼ ਲੱਗ ਜਾਂਦੀ ਫਿਰ ਚੱਲਣਾ ਅਸੰਭਵ ਸੀਗਾ। ਅਤੇ ਹੁਣ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ। ਜੈ ਸ਼ੰਭੂ। ਅਤੇ ਮੇਰੀ ਤਾਂ ਬੈਟਰੀ ਪੂਰੀ ਡਾਊਨ ਹੋ ਚੁੱਕੀ ਹੈ, ਫਾਈਨਲੀ ਨਹੀਂ ਕਹਿ ਸਕਦੇ, ਲੇਕਿਨ ਬੈਟਰੀ ਡਾਊਨ ਹੈ। ਅਜੇ ਤਾਂ ਆਪਾਂ 4-5 ਕਿਲੋਮੀਟਰ ਵੀ ਨਹੀਂ ਪਾਰ ਕੀਤਾ, ਸਵੇਰੇ ਆਪਾਂ ਬਜਰੀ ਤਰਫ ਚਲੇ ਸੀ 8 ਵਜੇ, ਅਤੇ ਹੁਣ ਟਾਈਮ ਹੋ ਗਿਆ 10:30 ਦਾ। ਹਾਲੇ ਪੁੱਜਣ ਨੂੰ ਬਹੁਤ ਜ਼ਿਆਦਾ ਟਾਈਮ ਲੱਗਣਾ, ਇੱਕ ਦਿਨ ਪੂਰਾ ਲੱਗ ਜਾਂਦਾ ਕੈਲਾਸ਼ਪੁਰ ਪੁੱਜਣ 'ਤੇ। ਵਿਸ਼ਾਲ ਪਿੱਛੇ ਰਹਿ ਗਿਆ ਕਿਉਂਕਿ ਇਹਦਾ ਫਸਟ ਟਾਈਮ ਹੈ, ਜਗ੍ਹਾ ਨਹੀਂ ਜਾ ਰਿਹਾ। ਅਤੇ ਪਿੱਛੇ ਲੰਗਰ ਲੱਗਾ ਸੀ, ਆਪਾਂ ਲੰਗਰ ਨਹੀਂ ਖਾਧਾ ਕਿਉਂਕਿ ਜੇ ਆਪਾਂ ਲੰਗਰ ਖਾ ਲਿਆ ਫਿਰ ਚੱਲ ਨਹੀਂ ਹੋਣਾ, ਉੱਪਰ ਜਾ ਕੇ ਆਪਾਂ ਲੰਗਰ ਖਾਵਾਂਗੇ। ਚੱਲ ਗਈ ਆ, ਅਤੇ ਉਹ ਸਾਹਮਣੇ ਹੈਗੇ ਸਾਡੇ ਬੋਲੇ ਬਾਬਾ ਜੀ, ਸਭ ਤੋਂ ਉੱਤੇ ਜਾ ਕੇ ਹੈ। ਅੱਜ ਦਾ ਸਫ਼ਰ ਬਹੁਤ ਜ਼ਿਆਦਾ ਲੰਬਾ, ਚੱਲਦੇ ਜਾਣਾ ਥੋੜ੍ਹੇ ਸੈਂਟਰ ਲੈ ਜਾਣਾ। ਅਤੇ ਹੁਣ ਆਪਾਂ ਫਸਟ ਪੂਲ ਪਾਰ ਕਰਨ ਲੱਗੇ ਹਾਂ।
ਸਾਹਮਣੇ ਗੁੱਚੀ ਗੈਂਗ ਬੈਠੀ ਪਈ ਆ। ਚੱਲ ਸਾਲੇ ਇੱਧਰ। ਜੈ ਸ਼ੰਕਰ। ਜੈ ਸ਼ੰਕਰ ਅੰਕਲ। ਜੈ ਸ਼ੰਕਰ ਕੀ ਆਪ ਬਹੁਤ ਸਖਤ ਡਿਊਟੀ ਕਰਦੇ ਹੋ। ਬਹੁਤ ਅੱਛਾ ਬਹੁਤ। ਬੋਲੇ ਬਾਬਾ ਬੈਠ ਰਹੀ ਆ। ਇਸ ਵਾਰ ਨਿਕਲਦੇ ਹਾਂ ਉੱਪਰ ਨੂੰ। ਹਾਏ ਜੈ ਸ਼ੰਕਰ। ਗੋਰਾ ਭਾਜੀ ਹੈਲੋ ਫਰੈਂਡ ਮੰਚ ਖਾਓ। ਜਿਹੜੀ ਲਾਸਟ ਯਾਤਰਾ ਆਉਂਦੀ ਹੈ ਇਹ ਅਣਕੇ ਦੀ ਹੁੰਦੀ ਹੈ, ਕਿਉਂਕਿ ਲਾਸਟ ਵਿੱਚ ਮਣੀ ਵਿੱਚ ਯਾਤਰਾ ਬੰਦ ਹੋ ਜਾਂਦੀ ਹੈ ਅਤੇ ਆਪਣਾ ਸੰਗ ਲੈ ਕੇ ਜਾਂਦੇ ਇੱਕ ਦਿਨ ਦਾ ਪਹਿਲਾਂ ਹੁੰਦਾ, ਫਿਰ ਲਾਸਟ ਨਹਾ ਕੇ ਫਿਰ ਉਹਨੂੰ ਬੰਦ ਕਰਦੇ ਆ। ਜ਼ਿਆਦਾ ਮੈਨੂੰ ਹਿਸਟਰੀ ਪਤਾ, ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਉੱਪਰ ਜਾ ਕੇ ਪੁੱਛਣ ਲਈ ਕੀ ਹਿਸਾਬ ਕਿਤਾਬ ਹੈ, ਕਿਉਂਕਿ ਲਾਸਟ ਟਾਈਮ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਅਤੇ ਉੱਪਰ ਜਾ ਕੇ ਤੁਹਾਨੂੰ ਦੱਸਦੇ ਹਾਂ। ਅਤੇ ਫਾਈਨਲੀ ਆਪਾਂ ਦਰਸ਼ਨ ਕਰੋਸ ਕਰ ਲਿਆ ਹੈ, ਲੰਗਰ ਖਾ ਕੇ ਉਸ ਤੋਂ ਬਾਅਦ ਉੱਪਰ ਨੂੰ ਨਿਕਲਦੇ ਹਾਂ। ਜੈ ਸ਼ੰਭੂ। ਆਪਾਂ ਲੰਗਰ ਖਾਂਦੇ ਪਏ ਹਾਂ। ਲੰਗਰ ਬਹੁਤ ਜ਼ਿਆਦਾ ਟੇਸਟੀ ਹੈ, ਕੜੀ ਨਾਲ ਚਾਵਲ ਆ, ਬਾਕੀ ਸਾਰੇ ਖਾਂਦੇ ਪਏ ਆ। ਫਾਈਨਲੀ ਲੰਗਰ ਖਾਣ ਤੋਂ ਬਾਅਦ ਆਪਾਂ ਦੰਸ਼ੋ ਤੋਂ ਚੱਲਣ ਲੱਗੇ ਹਾਂ। ਲੇਕਿਨ ਗੋਰਾ ਭਾਜੀ ਹਾਲ ਕਰਦੇ ਨਹੀਂ ਪਏ ਲੰਗਰ, ਕਿਉਂਕਿ ਲੰਗਰ ਅਤੇ ਲੰਗਰ ਜ਼ਿਆਦਾ ਖਾ ਨਹੀਂ ਹੁੰਦਾ। ਥੋੜ੍ਹਾ ਜਿਹਾ ਲੰਗਰ ਖਾ ਕੇ ਆਪਾਂ ਆਪਣੀ ਐਨਰਜੀ ਲੈ ਲਈ ਹੈ ਅਤੇ ਹੁਣ ਆਪਾਂ ਉੱਪਰ ਨੂੰ ਨਿਕਲ ਜਾਂਦੇ ਹਾਂ। ਫਾਈਨਲੀ ਆਪਾਂ ਦੂਜਾ ਪੁਲ ਪਾਰ ਕਰਨ ਲੱਗੇ ਹਾਂ, ਦੰਸ਼ੋ ਦੇ ਅੱਗੇ ਜਾਣਾ। ਬਹੁਤ ਹੀ ਘੈਂਟ ਨਜ਼ਾਰਾ ਇੱਥੋਂ ਦਾ, ਚੈੱਕ ਕਰੋ। ਜੈ ਭੋਲੇ। ਦੋ ਰਸਤੇ ਜਾਂਦੇ, ਇੱਕ ਬਾਂਦਰ ਘਾਟੀ ਵਾਲਾ ਜਾਂਦਾ, ਇੱਕ ਫਨਹਾਰਾ ਮਾਰਗ ਰਹਿ ਜਾਂਦਾ। ਅਤੇ ਦੇਖਦੇ ਹਾਂ ਆਪਾਂ ਦੋਨਾਂ 'ਚ ਕਿਹੜਾ ਚੂਜ਼ ਕਰਦੇ ਹਾਂ। ਕਿਹੜਾ ਮਾਇਲੀ ਆਪਾਂ ਫਨਹਾਰ ਵਾਲਾ ਮਾਰਗ ਚੂਜ਼ ਕਰ ਲਿਆ, ਕਿਉਂਕਿ ਬਾਂਦਰ ਘਾਟੀ ਵਾਲਾ ਮਾਰਗ ਬਹੁਤ ਜ਼ਿਆਦਾ ਕਠਿਨ ਆ ਅਤੇ ਬਾਕੀ ਨਾਲ ਦੀ ਗੁੱਚੀ ਗੈਂਗ ਅੱਗੇ ਚੱਲ ਗਈ ਹੈ। ਬਹੁਤ ਜ਼ਿਆਦਾ ਕਠਿਨ ਯਾਤਰਾ ਹੈ, ਮੇਰੇ ਗਿੱਟੇ ਗੋਡੇ ਸਾਰਾ ਕੁਝ ਦਰਦ ਕਰਨ ਲੱਗ ਪਿਆ। ਅਤੇ ਅੱਗੇ ਦੀ ਗੱਲ ਹੀ ਅਸੀਂ ਹਾਲੇ 5 ਕਿਲੋਮੀਟਰ ਪਾਰ ਕੀਤੇ ਹੈ ਅਤੇ 13 ਕਿਲੋਮੀਟਰ ਦਾ ਰਾਸਤਾ ਹੈ ਅਤੇ ਤਕਰੀਬਨ ਸਾਨੂੰ ਕਾਫੀ ਟਾਈਮ ਲੱਗ ਜਾਣਾ ਉੱਪਰ ਪਹੁੰਚਣ ਨੂੰ। ਹੁਣ ਥੋੜ੍ਹੇ ਟਾਈਮ ਪਹਿਲੇ ਮੀਂਹ ਵੀ ਲੱਗਣਾ ਸ਼ੁਰੂ ਹੋ ਗਿਆ ਸੀ, ਸ਼ੰਕਰ ਮਾਰ ਦੀ ਕਿਰਪਾ ਨਾਲ ਮੀਂਹ ਹੁਣ ਬੰਦ ਹੋ ਗਿਆ ਅਤੇ ਬਾਕੀ ਯਾਤਰੀਗਣ ਯਾਤਰਾ ਕਰਨਾ ਬਹੁਤ ਜ਼ਿਆਦਾ ਘੈਂਟ ਹੈ। ਪੂਰੀ ਠੰਡ ਹੋਈ ਪਈ ਹੈ, ਮੇਰਾ ਗਿੱਟੇ ਅੰਕਲ ਦਾ ਮੇਰੀ ਆ ਬਹੁਤ ਜ਼ਿਆਦਾ ਦਰਦ ਹੁੰਦੀ ਪਈ ਹੈ। ਬਾਕੀ ਗੈਂਗ ਦਾ ਵਿਊ ਚੈੱਕ ਕਰੋ। ਗੋਰਾ ਭਾਜੀ ਇੱਕ ਸਟੇਜ ਕਰ ਲਈ ਆ, ਦੂਜੀ ਸਟੇਜ ਕੀਤੀ ਆ, ਹੁਣ ਆਪਾਂ ਇਸ ਤੋਂ ਬਾਅਦ ਫਿਰ ਚੱਲਣ ਲੱਗ ਪੈਣਾ। ਹਾਂਜੀ ਬਹੁਤ ਦੂਰ ਸਾਡੀ ਮੰਜ਼ਿਲ ਹੈਗੀ ਆ। ਕਿਵੇਂ ਭਾਜੀ? ਨਾਈਸ ਸ਼ਾਲ ਭਾਜੀ। ਦੂਜੀ ਵਾਰ ਰੁਕ ਕੇ ਹੁਣ ਆਪਾਂ ਉੱਪਰ ਨੂੰ ਚੱਲ ਪਏ ਹਾਂ। ਗੋਰੀ ਕੁੰਡ ਰਹਿ ਗਏ 4 ਕਿਲੋਮੀਟਰ ਅਤੇ ਸਾਨੂੰ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਵੇਗਾ ਤਾਂ ਕਮੈਂਟ ਬੋਕਸ 'ਚ ਜੈ ਸ਼ੰਕਰ ਜ਼ਰੂਰ ਲਿਖਣਾ ਜੀ।
ਮਿਲਦੇ ਹਾਂ ਅਗਲੇ ਬਲੌਗ 'ਚ। ਬਾਏ ਬਾਏ।